ਧੰਨਾ ਧੰਨਾ ਸਤਿਗੁਰੂ ਅਮਰਦਾਸ ਮਹਾਰਾਜ ਸੇਵਾ ਸਿਮਰਨ ਦੀ ਮੂਰਤ ਕਿਰਪਾਲੂ ਸਤਿਗੁਰੂ ਆਪਣੀ ਜੋ ਬਾਨੀ ਪਾਖ ਤੋਂ ਵਡਹੰਸ ਰਾਗ ਦੇ ਅੰਦਰ ਪਵਿੱਤਰ ਬਚਨ ਉਚਾਰਨ ਕਰਦੇ ਹਨ ਇੰਦਾਂ ਬਚਨਾਂ ਨੂੰ ਉਚਾਰਨ ਕਰਦਿਆਂ ਹੋਇਆਂ ਮਹਾਰਾਜ ਜੀ ਮਨ ਨੂੰ ਸਮਝਾਉਂਦੇ ਨੇ ਮਨ ਨੂੰ ਸਮਝ ਆ ਜਾਵੇ ਤਨ ਗੁਰੂ ਗ੍ਰੰਥ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਮਨ ਨੂੰ ਸਮਝਾਉਂਦੀ ਏ ਮਨ ਨੂੰ ਮਨ ਨੂੰ ਸਮਝ ਆਵੇ ਮਹਾਰਾਜ ਬਚਨ ਕਰਦਿਆਂ ਮਨ ਸਮਝਾਉਣ ਕਰਨੀ ਕਸ਼ੂਕ ਬੜੀਏ ਗਿਆਨ ਮਨ ਨੂੰ ਸਮਝ ਪੈ ਜਾਵੇ ਰੇ ਮਨਾ ਹਰਿ ਸਿਉ ਕਰ ਪ੍ਰੀਤ ਮਨ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਹਰ ਜਸ ਰੇ ਮਨ ਗਾਈ ਲੈ ਜੋ ਸੰਗੀ ਹੈ ਤੇਰੋ ਬੜੇ ਬੜੇ ਪਰਮਾਨ ਸੁੰਦਰ ਵਿਚਾਰ ਮਨ ਨੂੰ ਸਮਝਾਉਣ ਵਾਸਤੇ ਮਾਲਕ ਨਾਲ ਮਿਲਾਉਣ ਵਾਸਤੇ ਵਿਛੋੜੇ ਦਾ ਦੁੱਖ ਮਟਾਉਣ ਵਾਸਤੇ ਸਤਿਗੁਰੂ ਸਾਨੂੰ ਉਪਦੇਸ਼ ਬਖਸ਼ ਦੇਨੇ ਏ ਮਨ ਮੇਰਿਆ ਉਹ ਮੇਰੇ ਮਨਾ ਆਵਾ ਗੌਣ ਸੰਸਾਰ ਹੈ ਸੰਸਾਰ ਜਿਹੜਾ ਆਵਾ ਗਵਣ ਦਾ ਚੱਕਰ ਹੈ ਜੰਮਣ ਮਰਨ ਦਾ ਚੱਕਰ ਹੈ ਇੱਕ ਪਾਸਿਓ ਦੁਨੀਆ ਇਸ ਵਿੱਚ ਜਨਮ ਲੈ ਕੇ ਪਰਵੇਸ਼ ਕਰਦੀ ਪਈਏ ਇੱਕ ਪਾਸਿਓ ਜੀਵਨ ਨੂੰ ਭੋਗਦੇ ਆ ਦੁਨੀਆ ਦੂਜੇ ਕਿਨਾਰੇ ਨੂੰ ਅਸਤ ਹੋਣ ਵਾਸਤੇ ਜਾ ਰਹੀ ਏ ਨਸ਼ਟ ਹੋਣ ਵਾਸਤੇ ਜਾ ਰਹੀ ਏ ਇਹ ਜਗ੍ਹਾ ਨੂੰ ਖਾਲੀ ਕਰਨ ਵਾਸਤੇ ਜਾ ਰਹੀ ਏ ਤੁਰੇ ਜਾ ਰਹੀ ਏ ਮੁਕਦੀ ਜਾ ਰਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਾ ਤੈਨੂੰ ਇਹ ਸਭ ਕੁਝ ਤੱਕ ਕੇ ਸਮਝ ਨਹੀਂ ਆਈ ਮਹਾਰਦ ਬਾਣੀ ਅੰਦਰ ਸਮਝਾਉਂਦੇ ਨੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਜਿੱਥੇ ਆਪਾਂ ਬੈਠੇ ਹਨ ਜੇ ਸ਼ਰੀਰ ਵਿੱਚ ਪਹਿਲਾਂ ਪਤਾ ਨਹੀਂ ਕਿੰਨੇ ਕੁ ਆਏ ਜਿਹੜੀ ਮਾਲਕੀਅਤ ਆਪਾਂ ਨੂੰ ਨੌਨ ਲੱਗੇ ਹਨ ਨਾ ਇਹ ਪਤਾ ਨਹੀਂ ਪਹਿਲਾਂ ਆਪਣੇ ਤੋਂ ਕਿੰਨੇ ਕੁ ਸਿਆਣੇ ਆਏ ਤੇ ਬਾਅਦ ਵਾਲੇ ਕਿੰਨਿਆਂ ਕੋ ਨਹੀਂ ਆਉਣਾ ਮਹਾਰਾਜ ਮੀਰ ਕਰਦੇ ਮਨ ਤੈਨੂੰ ਸਮਝ ਆ ਜਾਵੇ ਕਿ ਸੰਸਾਰ ਹੀ ਆਵਾ ਗਵਨ ਨੇ ਇੱਥੇ ਕੋਈ ਆਉਂਦਾ ਕੋਈ ਚਲਾ ਜਾਂਦਾ ਕੋਈ ਗਵਨ ਕਰਦਾ ਹੈ ਇਹ ਤੋਂ ਰੁਕਸਤ ਹੋ ਜਾਂਦਾ ਹੈ ਇਹ ਸੰਸਾਰ ਆਵਾ ਗਾਉ ਨੇ ਇਹਦੇ ਵਿੱਚ ਰਹਿ ਕੇ ਤੂੰ ਆਵਾ ਗਵਨ ਨੂੰ ਮਟਾਉਣਾ ਹੈ ਇਹਦੇ ਵਿੱਚ ਰਹਿ ਕੇ ਤੂੰ ਮਾਲਕ ਨੂੰ ਪਾਉਣਾ ਹੈ ਜਦੋਂ ਮਾਲਕ ਨੂੰ ਪਾਏਗਾ ਤਦੋਂ ਤੇਰਾ ਆਵਾ ਗਵਨ ਮਿਟ ਜਾਏਗਾ ਸੰਸਾਰ ਵਿੱਚ ਰਹਿਣਿਆ ਨਰੰਕਾਰ ਨੂੰ ਪ੍ਰਗਟ ਆਪਣੀ ਹਿਰਦੇ ਦੇ ਅੰਦਰ ਕਰਨਾ ਹੈ ਨਰੰਕਾਰ ਦੇ ਵਿਚਾਰ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਪ੍ਰਗਟ ਕਰਨਾ ਹੈ ਮਹਾਰਾਜ ਮੀਰ ਕਰਦੇ ਅੰਤ ਸੱਚ ਨਵੇੜਾ ਰਾਮ ਸੰਸਾਰ ਵਿੱਚ ਮਨੁੱਖ ਹਰ ਕੋਈ ਕਹੇਗਾ ਜਿੰਨ ਨੂੰ ਮਰਦੀ ਪੁੱਛ ਲਓ ਮੇਰੇ ਵਰਗਾ ਸੱਚ ਕੋਈ ਨਹੀਂ ਸੁਣਾਦਾ ਮਹਤਾ ਜੀ ਸੱਚਾ ਸੁੱਚਾ ਆਦਮੀ ਹੈ ਪਰ ਮਹਾਰਾਜ ਕਹਿੰਦੇ ਤੇ ਤਾਂ ਸਾਰੇ ਹੀ ਕਹੀ ਜਾਂਦੇ ਪਰਮਾਤਮਾ ਦੀ ਨਿਆਏ ਸਭਾ ਦੇ ਅੰਦਰ ਨਵੇੜਾ ਸੱਚ ਦਾ ਹੁੰਦਾ ਉਥੈ ਸੱਚੋ ਹੀ ਸੱਚ ਨਿਭੜੇ ਅੰਤ ਨਵੇਰਾ ਸੱਚ ਦਾ ਹੋਣਾ ਚੁਣ ਬਖ ਕੱਢੇ ਦਜ ਮਾਲਿਆ ਥਾਉ ਨਾ ਪਾਇ ਨਕੂੜਿਆਰ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਏ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਜਿੰਨਾ ਮੇਰੇ ਵਰਗੀਆਂ ਠੱਗੀਆਂ ਠੋਰੀਆਂ ਮਾਰੀਆਂ ਹਾਰੇ ਉਹ ਉੱਥੇ ਜਿੰਨਾ ਜਪਿਆ ਸਤਨਾਮ ਵਹਿਗੁਰੂ ਜਿੱਤੇ ਉਹ ਪਰਮਾਤਮਾ ਨੂੰ ਮਿਲੇ ਨਬੇੜਾ ਉੱਥੇ ਸੱਚ ਦਾ ਹੋਣਾ ਹੈ ਸੱਚ ਨਾਲ ਗੁਨਾ ਉੱਪਰ ਨਿਬੜਨਾ ਹੈ ਇਸ ਕਰਕੇ ਛੁਟਕਾਰਾ ਜਿਹੜਾ ਹੈ ਸੱਚ ਤੋਂ ਬਿਨਾ ਨਹੀਂ ਹੋਣਾ ਆਵਾਗਮਨ ਤੋਂ ਦੁੱਖਾਂ ਦਰਦਾਂ ਤੋਂ ਔਰ ਤਕਲੀਫਾਂ ਤੋਂ ਨਬੇੜਾ ਕਰਨਾ ਛੁਟਕਾਰਾ ਹੋਣਾ ਤੇ ਪ੍ਰਭੂ ਦੇ ਨਾਮ ਨਾਲ ਹੋਣਾ ਹੈ ਪ੍ਰਭੂ ਦਾ ਨਾਮ ਸੱਚ ਹੈ ਮੇਰੇ ਮਨਾ ਬਾਕੀ ਸਭ ਆਮਨ ਜਾਣੇ ਅਰ ਔਨ ਜਾਣ ਵਾਲਾ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ RAM ਜਦ ਸੱਚੇ ਦੇ ਮਾਰਗ ਤੇ ਤੁਰੇਗਾ ਸੱਚੇ ਵੱਲ ਨੂੰ ਜੁੜੇਗਾ ਆਰਾਧੇਗਾ ਉਸ ਸੱਚਾ ਪਰਮਾਤਮਾ ਵੈਗੁਰੂ ਪਾਤਸ਼ਾਹ ਜਿਹੜਾ ਨਾ ਆਪੇ ਉਹ ਆਪ ਹੀ ਬਖਸ਼ ਲਏ ਅਰ ਤੇਰੇ ਤੇ ਬਖਸ਼ਿਸ਼ ਕਰ ਦੇਵੇਗਾ ਤੈਨੂੰ ਮੁਆਫ ਕਰ ਦੇਵੇਗਾ ਤੇ ਨੂੰ ਗਲ ਵਕੜੀ ਵਿੱਚ ਲੈ ਲਏਗਾ ਜਦੋਂ ਪਰਮਾਤਮਾ ਨੇ ਤੇਰੇ ਗੁਨਾਹ ਬਖਸ਼ ਦਿੱਤੇ ਨਾ ਗੁਸਤਾਖੀਆਂ ਮੁਆਫ ਕਰ ਦਿੱਤੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਹੋਏ ਨਾ ਫੇਰਾ RAM ਜਦੋਂ ਨੇ ਬਖਸ਼ਿਸ਼ ਕਰ ਦਿੱਤੀ ਮਹਾਰਾਜ ਕਿਰਪਾ ਕਰਦੇ ਨੇ ਉਸ ਵੇਲੇ ਕੋਈ ਵੀ ਤੈਨੂੰ ਲੇਖਾ ਜੋਖਾ ਪੁੱਛ ਨਹੀਂ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦਿਆ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਿਸ਼ਾ ਕਰਨ ਵਾਲਾ ਪਰਮਾਤਮਾ ਜਿਹਨੂੰ ਬਖਸ਼ ਲੈ ਬਖਸ਼ਿਸ਼ ਕਰਦਾ ਹੈ ਮੁਆਫ ਕਰ ਦਿੰਦਾ ਹੈ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਫਿਰ ਜਦੋਂ ਬਖਸ਼ਿਸ਼ ਕਰਦਾ ਮਲਾਪ ਜੀਵ ਦਾ ਪਰਮਾਤਮਾ ਨਾਲ ਹੁੰਦਾ ਹੈ ਪਰਮਾਤਮਾ ਨਾਲ ਮਿਲ ਜਾਂਦਾ ਹੈ ਤੇ ਫਿਰ ਉਹਨੂੰ लेखा ਪੁੱਛਣ ਵਾਲਾ ਕੋਈ ਨਹੀਂ ਰਹਿੰਦਾ ਮਹਾਰਾਜ ਕਹਿੰਦੇ ਫਿਰ लेखा ਕੋਈ ਨਾ ਪੁੱਛਾਈ ਜਾ ਹਰ ਬਖਸ਼ੰਦਾ ਜਦੋਂ ਹਰੀ ਨੇ ਬਖਸ਼ ਦਿੱਤਾ ਤੇ ਲੇਖਾ ਕੌਣ ਪੁੱਛੇਗਾ ਜਦੋਂ ਮਾਲਕ ਨੇ ਮੁਆਫ ਕਰ ਦਿੱਤਾ ਫਿਰ ਹੋਏ ਨਾ ਫੇਰਾ RAM ਜਦੋਂ ਬਖਸ਼ ਦਿੱਤਾ ਮੁਆਫ ਕਰ ਦਿੱਤਾ ਫਿਰ ਪਰਤ ਕੀ ਤੇਰਾ ਆਵਾ ਗਵਨ ਵਿੱਚ ਚੱਕਰ ਨਹੀਂ ਲੱਗੇਗਾ 84 ਦੇ ਚੱਕਰ ਵਿੱਚ ਨਹੀਂ ਪਏਗਾ ਇਹਦੇ ਤੋਂ ਬਚ ਜਾਵੇਂਗਾ ਫਿਰ ਹੋਏ ਨਾ ਫੇਰਾ ਅੰਤ ਸੱਚ ਨ ਬੇਰਾ ਅੰਤ ਨੂੰ ਸੱਚ ਦਾ ਨਿਵੇੜਾ ਹੋਣਾ ਹੈ ਸੱਚ ਨਾਲ ਛੁਟਕਾਰਾ ਹੋਣਾ ਹੈ ਫਿਰ ਤੇਰਾ ਆਵਾ ਗਵਣ ਵਾਲਾ ਚੱਕਰ ਗੇੜਾ ਮੁਕ ਜਾਏਗਾ ਗੁਰਮਖ ਮਿਲੈ ਵਡਿਆਈ ਜਿਹੜੇ ਗੁਰਮਖਾਂ ਨੇ ਫਿਰ ਆਰਾਧਿਆ ਹੁੰਦਾ ਜਪਿਆ ਹੁੰਦਾ ਉਹਨਾਂ ਦੀ ਵਡਿਆਈ ਹੁੰਦੀ ਤੇ ਸਰੀਰ ਤਾਂ ਹੁਣ ਸਾਰੇ ਹੀ ਹੁੰਦੇ ਨੇ ਤੇ ਸਾਰੇ ਸਰੀਰ ਧਾਰੀ ਜਿੰਨੇ ਜੀਵ ਨੇ ਕੀੜਾ ਚਾਹੁੰਦਾ ਹੈ ਕਿ ਮੇਰੀ ਵਡਿਆਈ ਉਪਮਾ ਨਾ ਹੋਵੇ ਮਨੁੱਖ ਆਪਣੀ ਉਪਮਾ ਕਰਾਉਣ ਦੇ ਲਈ ਆਪਣੀ ਵਾਵਾ ਵਾਵਾ ਬਣਾਉਣ ਲਈ ਪਤਾ ਨਹੀਂ ਕਿੰਨੇ ਕੁ ਪਾਪੜ ਵੇਲਦਾ ਹੈ ਮਹਾਰਾਜ ਸੱਚੇ ਭਗਤ ਸਹਿ ਕਹਿੰਦੇ ਜਿਹੜੇ ਜਪਦੇ ਨੇ ਜੁੜਦੇ ਨੇ ਪਰਮਾਤਮਾ ਦੇ ਮਾਰਗ ਤੇ ਤੁਰਦੇ ਨੇ ਉਹਨਾਂ ਨੂੰ ਐਉਂデア ਕੁਝ ਕਰਨ ਦੀ ਲੋੜ ਨਹੀਂ ਪੈਂਦੀ ਜੇ ਕੋਈ ਉਹਨਾਂ ਦੀ ਉਪਮਾ ਕਰਦਾ ਤੇ ਕੋਈ ਕਹਿੰਦਾ ਬਈ ਮਹਾਂਪੁਰਖੋ ਗੁਰਮਖੋ ਰੱਬ ਦੇ ਪਿਆਰਿਓ ਤੁਹਾਡੀ ਬੜੀ ਉਪਮਾ ਸੁਣੀ ਲੋਕਾਂ ਨੂੰ ਬੜਾ ਤੁਹਾਡਾ ਜਸ ਗਾਇਨ ਕਰਦਿਆਂ ਸੁਣਿਆ ਤੇ ਉਹ ਕਹਿੰਦੇ ਨਹੀਂ ਭਲਿਆ ਇਸ ਖਲੜੇ ਦਾ ਕਾਹਦਾ ਮਾਨ ਆ ਇਹ ਤਾਂ ਪ੍ਰਭੂ ਦੇ ਨਾਮ ਦੀ ਵਡਿਆਈ ਆ ਉਹ ਜਿੰਨੂੰ ਪਾਉਂਦਾ ਉਹਦੀ ਵਡਿਆਈ ਕਰਾ ਦਿੰਦਾ ਜਿਹਦੇ ਤੇ ਉਹਦੀ ਰਹਿਮਤ ਦੀ ਨਦਰ ਨਾ ਹੋਵੇ ਉਹਦੀ ਬੇਪਤੀ ਹੋ ਜਾਂਦੀ ਆ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਜੋ ਬਚਨ ਕਹਿੰਦੇ ਉਹਨਾਂ ਗੁਰਮਖਾਂ ਦੇ ਜੀਵਨ ਦੇ ਅੰਦਰ ਵਿਆਖਿਆ ਰੂਪ ਹੁੰਦੇ ਆ ਉਹ ਕਹਿੰਦੇ ਨੇ ਹਰ ਕੇ ਨਾਮ ਕੀ ਵਡਿਆਈ ਤਨ ਦੀ ਨਹੀਂ ਮੇਰੀ ਨਹੀਂ ਇਹ ਨਾਮ ਦੀ ਵਡਿਆਈ ਆ ਜਿੱਥੇ ਨਾਮ ਆ ਜਾਵੇ ਉੱਥੇ ਜੀਵ ਝੁਕ ਜਾਂਦੇ ਨੇ ਜਿੱਥੇ ਨਾਮ ਆ ਜਾਵੇ ਉੱਥੇ ਨਮਸਕਾਰਾਂ ਹੋਣ ਲੱਗ ਜਾਂਦੀਆਂ ਨੇ ਜੇ ਇਸ ਵਜ਼ੂਦ ਨੂੰ ਕੋਈ ਅਹਿਮੀਅਤ ਦਿੱਤੀ ਦਾਰਾ ਹੀ ਆ ਇਹ ਮੇਰੇ ਖਲੜੇ ਕਰਕੇ ਨਹੀਂ ਹੈ ਇਹ ਮੇਰੀ ਚਮੜੀ ਕਰਕੇ ਨਹੀਂ ਹੈ ਮੇਰੇ ਨਕਸ਼ੋ ਨਹਾਨ ਕਰਕੇ ਨਹੀਂ ਹੈ ਇਹ ਪ੍ਰਭੂ ਦੀ ਕਿਰਪਾ ਕਰਕੇ ਇਹ ਪ੍ਰਭੂ ਦੇ ਨਾਮ ਕਰਕੇ ਆ ਇਹ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਪੂਰੇ ਗੁਰੂ ਤੋਂ ਮਿਲਦੀ ਆ ਪੂਰਾ ਗੁਰੂ ਰਹਿਮਤ ਕਰਕੇ ਜਿਹਨੂੰ ਬਖਸ਼ਿਸ਼ ਕਰਕੇ ਦੇ ਦਿੰਦਾ ਹੈ ਉਹ ਨਾਮ ਦੀ ਵਡਿਆਈ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਨਾਲ ਬੇੜੇ ਪਾਰ ਹੁੰਦੇ ਨੇ ਤੇ ਗੁਰਮੁਖਾਂ ਨੂੰ ਜਸ ਪ੍ਰਾਪਤ ਹੁੰਦਾ ਆ ਸਾਚੇ ਰੰਗ ਰਾਤੀ ਸੱਜੇ ਮਾਤੇ ਇਹ ਗੁਰਮੁਖਾਂ ਦੀ ਅਵਸਥਾ ਹੈ ਉਸ ਸੱਚੇ ਮਾਲਕ ਦੇ ਰੰਗ ਪ੍ਰੇਮ ਵਿੱਚ ਰਾਤੇ ਤਦਾ ਕਰ ਰਹਿੰਦੇ ਨੇ ਮਸਤ ਰਹਿੰਦੇ ਨੇ ਖੀਵੇ ਰਹਿੰਦੇ ਨੇ ਉਹਦੇ ਵਿੱਚ ਗੁੰਥੜ ਹੋਏ ਰਹਿੰਦੇ ਸੁਤੇ ਸਿੱਧ ਦੀ ਗਿਆਨਾਂ ਤੋਂ ਸ਼ਾਂਤੀ ਪੁਰਬਕ ਮਹਾਰਾਜ ਕਹਿੰਦੇ ਸਹਜੇ ਰਹੇ ਸਮਾਈ ਸਹਜੇ ਸੁਤੇ ਸਿੱਧ ਜਪਦਿਆਂ ਹੋਇਆਂ ਮਾਲਕ ਦੇ ਵਿੱਚ ਸਮਾਈ ਸਮਿੱਲਤ ਹੋਏ ਨੇ ਮਿਲੇ ਹੋਏ ਨੇ ਪਰਮਾਤਮਾ ਦੇ ਵਿੱਚ ਜਪਦਿਆਂ ਜਪਦਿਆਂ ਸਮਾਧਾਂਦੇ ਨੇ ਇੱਕ ਮੇਕਤਾ ਹਾਸਲ ਕਰ ਲੈਂਦੇ ਨੇ ਮਹਾਰਾਜ ਕਹਿੰਦੇ ਸੱਚਾ ਮਨ ਪਾਇਆ ਸੱਚ ਵਸਾਇਆ ਸੱਚਾ ਜਿਹੜਾ ਪਰਮਾਤਮਾ ਵੈ ਗੁਰੂ ਆਨਾ ਜਪਦਿਆਂ ਗੁਰਸਿੱਖ ਦੇ ਭਗਤ ਦੇ ਗੁਰਮਖ ਦੇ ਗੁਰੂ ਪਿਆਰ ਵਾਲੇ ਦੇ ਮਨ ਨੂੰ ਸੱਚਾ ਗੁਰੂ ਪਾ ਗਿਆ ਚੰਗਾ ਲੱਗਾ ਤੇ ਜੋ ਵਸਤੂ ਆਸਾਨ ਨੂੰ ਚੰਗੀ ਲੱਗੇ ਸੰਸਾਰ ਵਿੱਚ ਅਸੀਂ ਉਹਦੀ ਪ੍ਰਾਪਤੀ ਲਈ ਯਤਨ ਕਰਦੇ ਕਿ ਸਾਨੂੰ ਇਹ ਪ੍ਰਾਪਤ ਹੋਵੇ ਮਿਲ ਜਾਵੇ ਉਹਨੂੰ ਪ੍ਰਾਪਤ ਕਰਨ ਲਈ ਮਨੁੱਖ ਚੱਲ ਪੈਂਦਾ ਹੈ ਮਨ ਨੂੰ ਜਿਹੜੀ ਚੀਜ਼ ਅੱਛੀ ਲੱਗੇ ਇਹ ਉਪਰਾਲੇ ਕਰਨ ਲੱਗ ਪੈਂਦਾ ਯਤਨ ਕਰਨ ਲੱਗ ਪੈਂਦਾ ਹੈ ਉਸ ਦੀ ਪ੍ਰਾਪਤੀ ਦੇ ਮਹਾਰਾਜ ਕਹਿੰਦੇ ਸੱਚਾ ਮਨ ਪਾਇਆ ਮਨ ਨੂੰ ਸੱਚਾ ਵੈਗ ਰੂਪਾਇਆ ਚੰਗਾ ਲੱਗਾ ਹੈ ਉਹਦਾ ਪ੍ਰੇਮ ਚੰਗਾ ਲੱਗਾ ਹੈ ਹਿਰਦੇ ਵਿੱਚ ਨਾਮ ਉਹਦਾ ਪਾਇਆ ਚੰਗਾ ਲੱਗਾ ਹੈ ਤੇ ਜਦੋਂ ਉਹ ਚੰਗਾ ਲੱਗਾ ਉਸ ਨੂੰ ਜਪਨ ਲੱਗ ਪਿਆ ਤੇ ਜਪਦਿਆਂ ਹੋਇਆਂ ਜੀਦਾ ਨਾਮ ਚੰਗਾ ਲੱਗਾ ਉਸ ਸੱਚ ਸਰੂਪ ਪਰਮਾਤਮਾ ਵਸਾਇਆ ਹਿਰਦੇ ਦੇ ਅੰਦਰ ਵਸ ਗਿਆ ਹਿਰਦੇ ਦੇ ਅੰਦਰ ਉਹਨੇ ਵਾਸਾ ਕਰ ਲਿਆ ਜਿਹੜਾ ਬਾਹਰਲੀ ਦੁਨੀਆ ਅੰਦਰ ਸੀ ਉਹਨੂੰ ਪ੍ਰਗਟ ਰੂਪ ਅੰਦਰ ਦਿਸਣ ਲੱਗ ਪਿਆ ਹੈ ਸ਼ਬਦ ਰਤੇ ਅੰਤ ਨਵੇਰਾ ਜਦ ਉਪਦੇਸ਼ ਨੂੰ ਕਮਾਇਆ ਸ਼ਬਦ ਦੇ ਅੰਦਰ ਸੁਰਤ ਕਰਕੇ ਤਦਾਕਾਰ ਹੋਏ ਅੰਤ ਨੂੰ ਨਵੇਰਾ ਹੋ ਗਿਆ ਅੰਤ ਨੂੰ ਛੁਟਕਾਰਾ ਹੋ ਗਿਆ ਆਵਾਗਮਨ ਤੋਂ ਛੁਟਕਾਰਾ ਪਾਲਿਆ ਦੁੱਖਾਂ ਦਰਦਾਂ ਤੋਂ ਛੁਟਕਾਰਾ ਪਾਲਿਆ ਜਿੰਨਾ ਚਿਰ ਮਨੁੱਖ ਜਪਦਾ ਨਹੀਂ ਦਵਾਈ ਸਰਹਾਨੇ ਰਖ ਛੱਡੋ ਮੈਡੀਕਲ ਸਟੋਰ ਦੇ ਅੰਦਰ ਬਿਸਤਰ ਲਾ ਕੇ ਪੈਦਾਓ ਕਿਸੇ ਦਾ ਬੁਖਾਰ ਨਹੀਂ ਉਤਰੇਗਾ ਕਿਸੇ ਨੂੰ ਦੁੱਖ ਦੂਰ ਨਹੀਂ ਹੋਵੇਗਾ ਜਦੋਂ ਤੁਸੀਂ ਉਹ ਦਵਾਈ ਨੂੰ ਆਪਣੀ ਮੁਖ ਵਿੱਚ ਪਾ ਕੇ ਉਸ ਨੂੰ ਸ਼ਰੀਰ ਦੇ ਅੰਦਰ ਉਤਾਰਿਆ ਉਹ ਐਸਾ ਐਸਾ ਕੁਲਦੀ ਜਾਏਗੀ ਉਹ ਆਪਣਾ ਕੰਮ ਅੰਦਰ ਕਰੇਗੀ ਤੇ ਜੋ ਰੋਗ ਉਹ ਦੂਰ ਹੋ ਜਾਏਗਾ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਸੰਸਾਰ ਵਿੱਚ ਆਨੇ ਆ ਕੇ ਨਮਸਕਾਰ ਕੀਤੇ ਢੇੜਾ ਦਿੱਤਾ ਚੱਲੇ ਗਏ ਮਹਾਰਾਜ ਦੇ ਕੋਲ ਗੁਰਮਖੋ ਵੈ ਗੁਰੂ ਦਾ ਨਾਮ ਦਵਾਈ ਆ ਵੈ ਗੁਰੂ ਦਾ ਨਾਮ دارو ਆ ਇਸ ਨੂੰ ਅਸੀਂ ਜਾਣਦੇ ਜ਼ਰੂਰ ਸਾਰਿਆਂ ਨੂੰ ਪਤਾ ਹੈ ਕਿ ਸੰਸਾਰ ਰੋਗੀ ਨਾਮ دارو ਆ ਪਰ ਦਵਾਈ ਲੈਣ ਨੂੰ ਤਿਆਰ ਕੋਈ ਨਹੀਂ ਰੋਗੀ ਸਾਰੇ ਸੰਸਾਰ ਰੋਗੀ ਆ ਸਾਰਾ ਸੰਸਾਰ ਰੋਗਾਂ ਨਾਲ ਰ ਭਰਿਆ ਹੋਇਆ ਹੈ ਮਹਾਰਾਜ ਤਾਂ ਕਹਿੰਦੇ ਸਰਬ ਰੋਗ ਕੋ ਔਖ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਨਾਮ ਤੇ ਨਾਮ ਨਾਮ ਕਹਿਣ ਨਾਲ ਹੁਣ ਚੜਿਆ ਬੁਖਾਰ ਹੋਵੇ ਬੁਖਾਰ ਦੀ ਗੋਲੀ ਗੋਲੀ ਕਰਨ ਦੇ ਨਾਲ ਤਾਂ ਨਹੀਂ ਨਾ ਬੁਖਾਰ ਲੈਣਾ ਉਹ ਗੋਲੀ ਵੀ ਹੱਥ ਵਿੱਚ ਪਕੜ ਲਈ ਤਾਂ ਵੀ ਨਹੀਂ ਉਤਰਨਾ ਜਦੋਂ ਉਹ ਗੋਲੀ ਨੂੰ ਆਪਣੇ ਅੰਦਰ ਉਤਾਰਿਆ ਉਨੇ ਅੰਦਰ ਆਪਣਾ ਕੰਮ ਕੀਤਾ ਹੈ ਫਿਰ ਬੁਖਾਰ ਉਤਰਨਾ ਹੈ ਜਿਹੜੇ ਸਾਨੂੰ ਦੁੱਖ ਰੋਗ ਕਲੇਸ਼ ਨਾ ਇਹ ਬਾਣੀ ਰੂਪ ਦਵਾਈ ਨੂੰ ਅਸੀਂ ਬਾਣੀ ਬਾਣੀ ਕਹਿਆ ਬਾਣੀ ਦਾ ਪਤਾ ਹੈ ਗੁਰੂ ਕੋਲ ਆਏ ਗੁਰੂ ਕਹਿੰਦੇ ਨੇ ਵਾਜਾ ਮਾਰ ਕੇ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੂ ਵੈ ਫਿਰ ਦੇ ਤਨਾ ਸੁਮਾਨੀ ਇਹ ਗੁਰੂ ਗੱਲ ਕਹਿੰਦੇ ਨੇ ਤੇ ਮਨੁੱਖ ਸੁਣਦਾ ਜਿਵੇਂ ਮੈਡੀਕਲ ਤੇ ਬੈਠਣ ਵਾਲਾ ਡਾਕਟਰ ਮੈਡੀਕਲ ਨੂੰ ਚਲਾਉਣ ਵਾਲਾ ਇਹ ਕਹੇ ਬਈ ਬੜੀਆਂ ਦਵਾਈਆਂ ਕਾਬਲੇ ਤਾਰੀਫ ਨੇ ਆ ਗੋਲੀ 15 ਮਿੰਟਾਂ ਚ ਬੁਖਾਰ ਉਤਾਰ ਦੇਵੇਗੀ ਦੋ ਦਿਨ ਖਾਵੇਂ ਤੇ ਔਰ ਪਰਤੇ ਕੇ ਬੁਖਾਰ ਨਹੀਂ ਚੜੇਗਾ ਬੜੇ ਗੁਣ ਦੱਸੇ ਪਰ ਜਿਹੜਾ ਮਰੀਜ਼ ਹੈ ਉਹ ਜਿਹੜਾ ਦਵਾਈ ਗੋਲੀ ਉਹਦੇ ਤੋਂ ਲਈ ਨਾ ਖਾਵੇ ਹੀ ਨਾ ਤੇ ਰੋਲਾ ਪਾਈ ਦਾਵੇ ਬਈ ਮੈਂ ਬੜੀ ਵੀਰ ਮੈਡੀਕਲ ਤੇ ਆਇਆ ਆਂ ਬੜੇ ਮੈਡੀਕਲ ਨੂੰ ਮੱਥਾ ਟੇਕਿਆ ਬੜਾ ਧੂਪ ਚਕਾਇਆ ਹੁਣ ਗੱਲ ਉਦੋਂ ਬੰਨੀ ਜਦੋਂ ਦਵਾਈ ਦਾ ਇਸਤੇਮਾਲ ਕੀਤਾ ਗੁਰੂ ਕਹਿੰਦੇ ਬਾਣੀ ਨੂੰ ਪੜ ਬਾਣੀ ਨੂੰ ਅੰਦਰ ਉਤਾਰ ਤੇ ਬਾਣੀ ਰੂਪ ਹੋ ਜਾ ਅਸੀਂ ਉਹ ਨਹੀਂ ਕਰਦੇ ਅਸੀਂ ਕਹਿੰਦੇ ਟੂਣਾ ਟਪੱਤਾ ਮਲੇ ਅਰ ਸਾਨੂੰ ਤੇ ਅਸੀਂ ਉਹ ਕਰਕੇ ਸੁੱਖ ਭਾਲਦੇ ਐ ਨਹੀਂ ਸੁੱਖ ਮਿਲਨੀ ਜਿੱਥੇ ਮਰਦੀ ਭੱਦ ਲਈਏ ਖਾਂ ਜੇ ਪ੍ਰਭੂ ਨਹੀਂ ਸੁੱਖ ਦੇਣਾ ਚਾਹੁੰਦਾ ਤੇ ਸੁੱਖ ਆਏਗਾ ਕਿੱਥੋਂ ਕਦੇ ਵੀ ਨਹੀਂ ਆਏਗਾ ਦੁੱਖ ਹੀ ਮਿਲੇਗਾ ਗੁਰੂਕੁਲ ਆਉਣੇ ਆ ਜੀਵਨ ਵਿੱਚ ਕਦੇ ਜਪਜੀ ਪੜਨਾ ਆਰੰਭ ਕਰੀਏ ਅਰ ਜਾਪ ਪੜਨਾ ਆਰੰਭ ਕਰੀਏ 10 ਮਿੰਟ 10 ਮਿੰਟ ਚੌਂਕੜਾ ਲਾ ਕੇ ਵੈਗਰੂ ਦਾ ਸਿਮਰਨ ਕਰਨਾ ਆਰੰਭ ਕਰੀਏ ਉਹਨੂੰ ਅੰਦਰ ਉਤਾਰੀਏ ਜੀਵਨ ਵਿੱਚ ਉਤਾਰੀਏ ਜਿਵੇਂ ਜਿਵੇਂ ਅੰਦਰ ਬਾਣੀ ਉਤਰੇਗੀ ਦੁੱਖ ਰੋਗ ਚਲੇ ਜਾਣਗੇ ਬਾਹਰੋਂ ਸੁਣਦਾ ਆਪਣੇ ਅੰਦਰੋਂ ਕਿਉਂ ਨਹੀਂ ਸੁਣਦਾ ਆਪਣੇ ਅੰਦਰੋਂ ਬਾਣੀ ਨੂੰ ਸੁਣ ਆਪਣੇ ਅੰਦਰੋਂ ਕਿਉਂ ਨਹੀਂ ਸਿਮਰਨ ਸੁਣਦਾ ਆਪਣੇ ਅੰਦਰੋਂ ਸੁਣ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਨਾ ਉਹਨੂੰ ਸੁਣਿਆ ਬਾਹਰੋਂ ਤੇ ਨਾ ਅੰਦਰੋਂ ਅਰ ਰੱਬ ਦੀ ਗੱਲ ਸੁਣੀ ਨਹੀਂ ਤੇ ਦੁੱਖ ਕਿਵੇਂ ਦਾਨਗੇ ਵੈਗੁਰੂ ਦਾ ਨਾਮ दारूਆ ਇਹਨੂੰ ਅੰਦਰ ਉਤਾਰ ਔਸ਼ਧੀ ਆ ਇਨੂੰ ਅੰਦਰ ਉਤਾਰ ਇਹਦਾ ਇਸਤੇਮਾਲ ਕਰ ਸਹੀ ਢੰਗ ਨਾਲ ਜਿਵੇਂ ਦਵਾਈ ਪਰਹੇਜ਼ ਰੱਖ ਕੇ ਕਰੀਦੀ ਹੈ ਨਾ ਤੇ ਔਰ ਫਿਰ ਦਵਾਈ ਪੂਰੀ ਕੱਟ ਕਰਦੀ ਹੈ ਜਿਉ ਜੋ ਗੁਰੂ ਪਰਹੇਜ਼ ਦੱਸਦਾ ਹੈ ਉਹ ਪਰਹੇਜ਼ ਰੱਖ ਕੇ ਗੁਰਬਾਣੀ ਪੜ ਮਰਜ਼ਾਦਾ ਵਿੱਚ ਰਹਿ ਕੇ ਤੇ ਗੁਰੂ ਕਿਰਪਾ ਕਰੇਗਾ ਤੇਰਾ ਅਵਸ਼્ય ਭਲਾ ਹੋਵੇਗਾ ਅਗਰ ਨਹੀਂ ਕਰੇਗਾ ਜੋ ਮਰਦੀ ਕਰਦਾ ਰਹਿ ਮੇਰੀ ਤਰ੍ਹਾਂ ਗੱਲਾਂ ਇਹਨੇ ਇੱਥੇ ਬੈਠ ਕੇ ਮਾਰ ਲੇ ਉੱਥੇ ਮਾਰ ਲੇ ਜਦੋਂ ਜਪਨਾ ਨੀ ਬਾਣੀ ਪੜ੍ਹਨੀ ਨੀ ਤੇ ਜੀਵਨ ਵਿੱਚ ਸੁੱਖ ਕਿੱਥੋਂ ਆਉਣਾ ਹੈ ਬਾਣੀ ਪੜ੍ਹੇ ਤੋਂ ਬਗੈਰ ਅੰਦਰ ਹੀ ਗਿਰਦੇ ਚ ਟਿਕਾਏ ਤੋਂ ਬਗੈਰ ਨਾ ਗਿਆਨ ਨਾ ਧਿਆਨ ਨਾ ਸ਼ਾਂਤੀ ਨਾ ਸਕੂਨ ਨਾ ਟਿਕਾਓ ਕੁਝ ਵੀ ਪੱਲੇ ਨਹੀਂ ਪਹਿਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਸੱਚਾ ਮਨ ਨੂੰ ਭਾਗਿਆ ਸ਼ਬਦ ਵਿੱਚ ਸੁਰਤ ਰਤੀ ਗਈ ਹੈ ਅੰਤ ਨੂੰ ਨਵੇੜਾ ਸੱਚ ਦਾ ਹੋਣਾ ਹੈ ਸੱਚ ਨਾਲ ਤੇਰਾ ਛੁਟਕਾਰਾ ਹੋਣਾ ਹੈ ਤੇਰਾ ਦੁੱਖਾਂ ਤੋਂ ਛੁਟਕਾਰਾ ਸੱਚ ਨਾਮ ਨਾਲ ਹੋਣਾ ਹੈ ਸੱਚ ਬਾਣੀ ਨਾਲ ਹੋਣਾ ਹੈ ਉਹ ਜੀਵਨ ਅੰਦਰ ਉਤਾਰ ਨਾਨਕ ਨਾਮ ਰਤੇ ਸੀ ਸੱਚ ਸਮਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ